ਹੈਲੋ ਦੋਸਤੋ ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣੀ ਇਸ YouTube ਚੈਨਲ ਜਿਸ ਦਾ ਨਾਮ ਹੈ ਜੀ ਸਟੱਡੀ ਇਨਸਾਈਡ ਡਿਸਕਸ ਕਰਾਂਗੇ ਇਸ ਵੀਡੀਓ ਦੇ ਵਿੱਚ ਮਾਸਟਰਕੇਡਰ 2020 ਦੇ ਰਿਗਾਰਡਿੰਗ ਜਿਨਨੇ ਵੀ ਮਾਸਟਰਕੇਡਰ 2020 ਨੂੰ ਐਗਜ਼ਾਮ ਨੂੰ ਫਿਲ ਕਰਨ ਵਾਲੇ ਕੈਂਡੀਡੇਟ ਨੇ ਉਹਨਾਂ ਸਾਰੇ ਲਈ ਕੁਝ ਅਪਡੇਟਸ ਆਈਆਂ ਨੇ ਉਸਦੇ ਬਾਰੇ ਹੀ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਪੋਸਟਾਂ ਦੀ ਤਾਂ ਜਿੰਨੀਆਂ ਵੀ ਇਸੀਆਂ ਟੋਟਲ ਪੋਸਟਾਂ ਸੀ ਬਾਰਡਰ ਕਾਡਰ ਵਾਲੀਆਂ ਉਸ ਦੇ ਵਿੱਚ ਉਹਨਾਂ ਨੂੰ ਇਨਕਰੀਜ਼ ਕਰ ਦਿੱਤਾ ਗਿਆ 3700 ਕੁਝ ਪੋਸਟਾਂ ਕਰ ਦਿੱਤੀਆਂ ਗਈਆਂ ਨੇ ਬਾਕੀ ਹਾਂ ਬੈਕਲੌਗ ਦੀਆਂ ਜੋ ਪੋਸਟਾਂ ਨੇ ਜੋ ਬੈਕਵਰਡ ਅਸਾਮੀਆਂ ਨੇ ਉਹਨਾਂ ਦੇ ਵਿੱਚ ਵਾਧਾ ਕੀਤਾ ਗਿਆ ਬਾਕੀ ਉੱਪਰ-ਨੀਚੇ ਕਾਫੀ ਸਾਰੀਆਂ ਹੋਰ ਵੀ ਜਿਸ ਤਰ੍ਹਾਂ ਕੇ ਜਨਰਲ ਕੈਂਡੀਡੇਟ ਦੀਆਂ ਜੋ ਪੋਸਟਾਂ ਘਟਾਈਆਂ ਗਈਆਂ ਨੇ ਕੁਝ ਵਾਦਾ ਦਿੱਤੀਆਂ ਗਈਆਂ ਨੇ ਸ਼ਫਲ ਕੀਤਾ ਗਿਆ ਪੋਸਟਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦੇ ਵਿੱਚ ਸੋਧ ਕੀਤਾ ਗਿਆ ਸਾਰੀਆਂ ਪੋਸਟਾਂ ਦੇ ਵਿੱਚ ਤਾਂ ਤੁਸੀਂ ਉਹ ਸਾਰੀਆਂ ਇਸਦੀ ਆਫੀਸ਼ੀਅਲ ਵੈਬਸਾਈਟ ਦੇ ਉੱਪਰ ਜਾ ਕੇ ਚੈੱਕ ਕਰਕੇ ਦੇਖ ਸਕਦੇ ਹੋ ਬਾਕੀ ਨਾਲ ਇੱਕ ਹੋਰ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਜਿਨਨੇ ਵੀ ਸਾਇੰਸ ਵਾਲੇ ਜਿਨਨੇ ਵੀ ਸਾਇੰਸ ਵਾਲੇ ਜੋ ਕੈਂਡੀਡੇਟ ਨੇ ਜਿਨ੍ਹਾਂ ਦੀਆਂ 1207 ਪੋਸਟਾਂ ਕੱਢੀਆਂ ਗਈਆਂ ਸੀ ਉਹਨਾਂ ਦੀ ਜੋ ਅਪਲਾਈ ਕਰਨ ਦੀ ਮਿਤੀ ਹੈ ਜੋ ਡੇਟ ਹੈ ਉਸ ਨੂੰ ਵੀ ਵਧਾ ਦਿੱਤਾ ਗਿਆ 3 ਨਵੰਬਰ ਤੱਕ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਤੇ 4 ਨਵੰਬਰ ਤੱਕ ਤੁਸੀਂ ਇਸ ਦੀ ਆਪਣੀ ਜੋ ਫੀਸ ਹੈ ਉਹ ਸਬਮਿਟ ਕਰਵਾ ਸਕਦੇ ਹੋ ਤੇ ਟਰਮਸ ਐਂਡ ਕੰਡੀਸ਼ਨ ਪਹਿਲਾਂ ਵਾਲੀਆਂ ਹੀ ਰਹਿਣੀਆਂ ਠੀਕ ਹੈ ਨਾ ਬਾਕੀ ਮੈਂ ਤੁਹਾਨੂੰ ਇਸ ਦੀ ਆਫੀਸ਼ੀਅਲ ਵੈਬਸਾਈਟ ਦੇ ਉੱਪਰ ਵੀ ਦਿਖਾ ਦੇਣਾ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਇਹ ਇਸ ਦੀ ਆਫੀਸ਼ੀਅਲ ਜੋ ਵੈਬਸਾਈਟ ਹੈ ਆ ਜਿਸ ਦੇ ਉੱਪਰ ਤੁਸੀਂ ਜਾ ਕੇ ਇੱਥੇ ਜੋ ਲਿੰਕ ਦਿੱਤੇ ਗਏ ਨੇ ਠੀਕ ਹੈ ਲੇਟੈਸਟ ਜੋ ਰਿਕਰੂਟਮੈਂਟ ਦੇ ਉੱਪਰ ਜਾ ਕੇ ਵੀ ਤੁਸੀਂ ਕਲਿੱਕ ਕਰਕੇ ਦੇਖ ਸਕਦੇ ਹੋ ਆ ਇੱਥੇ ਜੋ ਨੀਚੇ ਤੁਹਾਨੂੰ ਰਿਕਰੂਟਮੈਂਟ ਫੋਰ ਵੇਰੀਅਸ 2182 ਪੋਸਟਾਂ ਇਸ ਦੇ ਉੱਪਰ ਜਦੋਂ ਤੁਸੀਂ ਕਲਿੱਕ ਕਰੋਗੇ ਤਾਂ ਇੱਥੇ ਇੱਕ ਪਬਲਿਕ ਨੋਟਿਸ ਜੋ 26 ਅਕਤੂਬਰ 2020 ਜੋ ਡੇਟ ਲਿਖੀ ਹੋਈ ਹੈ ਪਬਲਿਕ ਨੋਟਿਸ ਦੇ ਉੱਪਰ ਤੁਸੀਂ ਕਲਿੱਕ ਕਰਕੇ ਜੋ ਇਸ ਦਾ ਪੀਡੀਐਫ ਹੈ ਉਹ ਖੋਲ ਸਕਦੇ ਹੋ ਤਾਂ ਇਹ ਉਸ ਦਾ ਪੀਡੀਐਫ ਹੈ ਜੋ ਡਾਇਰੈਕਟਰ ਸਿੱਖਿਆ ਪ੍ਰਤੀ ਡਾਇਰੈਕਟੋਰੇਟ ਪੰਜਾਬ ਦੇ ਵੱਲੋਂ ਜੋ ਕੱਢਿਆ ਗਿਆ ਬਾਰਡਰ ਏਰੀਆ ਜਨਤਕ ਨਿਯੁਕਤੀਆਂ ਦੇ ਲਈ ਸੋਧ ਪੱਤਰ ਜੋ ਤਿਆਰ ਕੀਤਾ ਗਿਆ ਜਿਸ ਤਰ੍ਹਾਂ ਕਿ ਅਗਰ ਆਪਾਂ ਗੱਲ ਕਰੀਏ ਸਬਜੈਕਟ ਅ ਮੈਥਮੈਟਿਕਸ ਤੇ ਲਈ ਟੋਟਲ 9966 ਪੋਸਟਾਂ ਜੋ ਕੱਢੀਆਂ ਗਈਆਂ ਨੇ ਕੁਝ ਉੱਪਰ-ਨੀਚੇ ਇਹਨਾਂ ਨੇ ਬਿਲਕੁਲ ਕੀਤੀਆਂ ਨੇ ਜਿਸ ਤਰ੍ਹਾਂ ਕਿ ਜਨਰਲ ਦੀਆਂ ਪਹਿਲਾਂ ਆਈ ਥਿੰਕ 300 ਪਲੱਸ ਪੋਸਟਾਂ ਸੀ ਹੁਣ ਸਿਰਫ 150 ਪੋਸਟ ਹੀ ਰਹਿ ਚੁੱਕੀ ਹੈ ਤੇ ਬਾਕੀ ਹਾਂ ਜੋ ਸੈਕੰਡ ਨੰਬਰ ਤੇ ਅਨੁਸੂਚਿਤ ਜਾਤੀਆਂ ਦੀ ਪੋਸਟਾਂ ਨੇ ਉਸ ਨੂੰ ਵਧਾ ਦਿੱਤਾ ਗਿਆ ਬਾਕੀ ਹੋਰ ਵੀ ਉੱਪਰ-ਨੀਚੇ ਕੁਝ ਪੋਸਟਾਂ ਦੇ ਵਿੱਚ ਸ਼ਫਲ ਇਹਨਾਂ ਨੇ ਜ਼ਰੂਰ ਕੀਤਾ ਹੈ ਬਟ ਹਾਂ ਜੋ ਟੋਟਲ ਪੋਸਟਾਂ ਨੇ ਉਹ 964 ਇੱਥੇ ਰੱਖੀਆਂ ਗਈਆਂ ਨੇ ਇਸੇ ਹੀ ਤਰ੍ਹਾਂ ਜੇ ਆਪਾਂ ਗੱਲ ਕਰੀਏ ਆ ਜੋ ਐਸਐਸਟੀ ਦੀ ਇਸ ਦੀਆਂ ਪੋਸਟਾਂ ਦੇ ਵਿੱਚ ਵੀ ਕਾਫੀ ਵਾਅਦਾ ਕੀਤਾ ਗਿਆ ਪਹਿਲਾਂ ਬਹੁਤ ਹੀ ਜੋ ਘੱਟ ਪੋਸਟਾਂ ਸੀ ਬਟ ਹਾਂ ਹੁਣ ਬਹੁਤ ਜ਼ਿਆਦਾ ਪੋਸਟਾਂ ਕਰ ਦਿੱਤੀਆਂ ਗਈਆਂ ਨੇ ਤਾਂ ਚਲੋ ਵਧੀਆ ਗੱਲ ਹੈ ਜਿੰਨੇ ਵੀ ਐਸਐਸਟੀ ਬਾਰੇ ਕੈਂਡੀਡੇਟ ਨੇ ਜੋ ਪ੍ਰੈਪਰੇਸ਼ਨ ਕਰ ਰਹੇ ਨੇ ਉਹਨਾਂ ਨੂੰ ਹੋਰ ਵਧੀਆ ਜੋ ਮੌਕਾ ਦਿੱਤਾ ਗਿਆ ਕਿ ਹੁਣ ਆਪਣੀ ਵਧੀਆ ਠੀਕ ਹੈ ਨਾ ਨੰਬਰ ਲੈ ਕੇ ਆਪਣੀ ਜੌਬ ਲੈ ਸਕਦੇ ਨੇ ਕਿਉਂਕਿ ਪੋਸਟਾਂ ਕਾਫੀ ਜ਼ਿਆਦਾ ਕਰ ਦਿੱਤੀਆਂ ਗਈਆਂ ਨੇ ਪਹਿਲਾਂ ਸਿਰਫ 54 ਪੋਸਟਾਂ ਸੀ ਹੁਣ 204 ਪੋਸਟਾਂ ਕਰ ਦਿੱਤੀਆਂ ਗਈਆਂ ਨੇ ਇਸੇ ਹੀ ਤਰ੍ਹਾਂ ਜੇ ਆਪਾਂ ਗੱਲ ਕਰੀਏ ਪੰਜਾਬੀ ਵਾਲੇ ਜਿੰਨੇ ਵੀ ਕੈਂਡੀਡੇਟ ਨੇ ਇਹਨਾਂ ਦੀ ਜਿੰਨੀਆਂ ਵੀ ਪਹਿਲਾਂ ਪੋਸਟਾਂ ਸੀ ਉਹ 62 ਸੀ ਐਂਡ ਹੁਣ 171 ਕਰ ਦਿੱਤੀਆਂ ਗਈਆਂ ਨੇ ਕਾਫੀ ਵਧਾ ਦਿੱਤੀਆਂ ਗਈਆਂ ਨੇ ਤੁਹਾਨੂੰ ਕਾਫੀ ਜ਼ਿਆਦਾ ਫਾਇਦਾ ਹੋ ਸਕਦਾ ਇਸ ਦਾ ਅਗਰ ਤੁਸੀਂ ਵਧੀਆ ਪ੍ਰੈਪਰੇਸ਼ਨ ਕਰ ਲੈਂਦੇ ਹੋ ਇਸੇ ਹੀ ਤਰ੍ਹਾਂ ਇਸ ਤੋਂ ਬਾਅਦ ਹਿੰਦੀ ਵਾਲੇ ਕੈਂਡੀਡੇਟ ਨੇ ਉਹਨਾਂ ਦੀਆਂ ਜੋ ਪੋਸਟਾਂ ਨੇ ਉਹ ਵੀ ਵਧਾ ਦਿੱਤੀਆਂ ਗਈਆਂ ਨੇ ਐਂਡ ਜੋ ਇੰਗਲਿਸ਼ ਵਾਲੇ ਕੈਂਡੀਡੇਟ ਨੇ ਉਹਨਾਂ ਦੀਆਂ ਜੋ ਪੋਸਟਾਂ ਨੇ ਉਹ 956 ਕਰ ਦਿੱਤੀਆਂ ਗਈਆਂ ਨੇ ਕਾਫੀ ਵਧੀਆ ਰਹਿਣਗੇ ਜਿਨੇ ਵੀ ਕੈਂਡੀਡੇਟ ਅਗਰ ਵਧੀਆ ਪ੍ਰੈਪਰੇਸ਼ਨ ਕਰਕੇ ਐਗਜ਼ਾਮ ਦੇਣਗੇ ਠੀਕ ਹੈ ਨਾ ਤਾਂ ਇਹ ਜੋ ਪਬਲਿਕ ਨੋਟਿਸ ਜੋ ਲਾਸਟ ਤੇ ਤੁਹਾਨੂੰ ਇਸ ਪੀਡੀਐਫ ਦੇ ਵਿੱਚ ਮਿਲੇਗਾ ਜਿਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਸਾਇੰਸ ਵਾਲੇ ਜਿਨੇ ਵੀ ਕੈਂਡੀਡੇਟ ਨੇ ਜਿਨ੍ਹਾਂ ਦੀਆਂ ਅਸਾਮੀਆਂ 1207 ਕੱਢੀਆਂ ਗਈਆਂ ਸੀ ਉਨਦੀ ਮਿਤੀ ਅਪਲਾਈ ਕਰਨ ਦੀ ਮਿਤੀ ਵਧਾ ਦਿੱਤੀ ਗਈ ਹੈ 3 ਨਵੰਬਰ ਤੱਕ ਠੀਕ ਹੈ ਨਾ ਤਾਂ ਤੁਸੀਂ ਹੁਣ ਆਪਣੀ ਜਿਨ੍ਹਾਂ ਨੇ ਵੀ ਐਗਜ਼ਾਮ ਫਿਲ ਨਹੀਂ ਕੀਤਾ ਸੀ ਤਾਂ ਉਹ ਤੁਸੀਂ ਹੁਣ ਕਰ ਸਕਦੇ ਹੋ ਬਾਕੀ ਹਾਂ ਹੁਣ ਕਾਫੀ ਸਾਰੇ ਕੈਂਡੀਡੇਟ ਜੋ ਪੁੱਛ ਰਹੇ ਸੀ ਕਮੈਂਟਸ ਦੇ ਵਿੱਚ ਕਿ ਸਾਡਾ ਬੀਆਰਡ ਦਾ ਰਿਜ਼ਲਟ ਆ ਚੁੱਕਿਆ ਹੈ ਕਿ ਅਸੀਂ ਹੁਣ ਫਿਲ ਕਰ ਸਕਦੇ ਹਾਂ ਜਾਂ ਨਹੀਂ ਅਗਰ ਤੁਹਾਡਾ ਬੀਆਰਡ ਦਾ ਰਿਜ਼ਲਟ ਆ ਚੁੱਕਿਆ ਹੈ ਫਾਈਨਲ ਸੈਮੈਸਟਰ ਦਾ ਐਂਡ ਤੁਹਾਡਾ ਜੋ ਟੈਟ ਹੈ ਉਹ ਵੀ ਕਲੀਅਰ ਹੈ ਠੀਕ ਹੈ ਦੈਨ ਤੁਸੀਂ ਬਿਲਕੁਲ ਇਸ ਐਗਜ਼ਾਮ ਨੂੰ ਫਿਲ ਕਰ ਸਕਦੇ ਹੋ ਉਸ ਦੇ ਵਿੱਚ ਕੋਈ ਡਾਊਟ ਨਹੀਂ ਹੈ ਤਾਂ ਤੁਸੀਂ ਆਪਣੇ ਜੋ ਵੀ ਇਸ ਦੀਆਂ ਟਰਮਸ ਐਂਡ ਕੰਡੀਸ਼ਨ ਨੂੰ ਪੜ੍ਹ ਕੇ ਆਪਣਾ ਐਗਜ਼ਾਮ ਤੇ ਆਪਣੇ एग्जाम ਦੀ ਪ੍ਰੈਪਰੇਸ਼ਨ ਕਰੋ ਆਈ ਹੋਪ ਤੁਹਾਨੂੰ ਇਹ ਇਨਫੋਰਮੇਸ਼ਨ ਵਧੀਆ ਲੱਗੀ ਹੋਵੇਗੀ ਤਾਂ ਸਾਰਿਆਂ ਦੇ ਨਾਲ ਜਰੂਰ ਸ਼ੇਅਰ ਕਰੋ ਇਸ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸੋ ਕੋਈ ਵੀ ਤੁਹਾਡਾ ਡਾਊਟ ਹੈ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਤੁਹਾਡਾ ਜਰੂਰ ਰਿਪਲਾਈ ਕੀਤਾ ਜਾਏਗਾ ਤੇ ਬਾਕੀ ਮਿਲਦੇ ਆ नेक्स्ट ਵੀਡੀਓ ਦੇ ਨਾਲ ਥੈਂਕ ਯੂ ਜੀ